ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕੁਮ ਮੇਰੇ ਬਹਿਣ ਭਾਈਓ, ਅੱਲਾਹ ਤੈਨੂੰ ਖੁਸ਼ ਰੱਖੇ, ਸ਼ਾਦੋ ਬਾਦ ਰੱਖੇ। ਇਸੇ ਪੈਰ ਦੁਆਨਾ ਅੱਜ ਦਾ ਵਲੋਗ ਸ਼ੁਰੂ ਕਰਦੀ ਹਾਂ। ਤੁਹਾਡਾ ਆਪਣਾ ਚੈਨਲ ਐਸ਼ਾ ਫੈਮਿਲੀ ਵਲੋਗ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ, ਜੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ, ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਬਹਿਣ ਭਾਈਆਂ ਤੱਕ ਬਾਰ ਵਕਤ ਪਹੁੰਚਦਾ ਰਹੇ। ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਦੀ ਆ ਵੀ ਸੁਬਾਹ ਹੋ ਚੁੱਕੀ ਸੀ ਮਾਸ਼ਾਅੱਲਾ, ਅਲਹਮਦੁਲਿਲਾ, ਨਮਾਜ਼ ਪੜ੍ਹ ਕੇ ਅੱਲਾਹ ਪਾਕ ਨੂੰ ਯਾਦ ਕਰਕੇ ਅਤੇ ਆਟਾ ਖਤਮ ਹੋਇਆ ਹੋਇਆ ਸੀਗਾ। ਫਿਰ ਜਾ ਕੇ ਚੱਕੀ ਤੋਂ ਪਹਿਲੇ ਆਟਾ ਲੈ ਕੇ ਆਈ ਹਾਂ, ਆਟਾ ਲਿਆ ਕੇ ਅਤੇ ਹੁਣ ਮਰੀਮ ਬੇਟੀ ਐਸ਼ਾ ਜੇ ਸਾਰੇ ਘਰ ਦੇ ਕੰਮ ਜਿਹੜੇ ਸਾਰੇ ਨਿਬੇੜ ਚੁੱਕੀਆਂ ਵਾਂ, ਕਿ ਮੇਰੀ ਤਾਂ ਤਬੀਅਤ ਨਹੀਂ ਸੀ ਠੀਕ ਹੈਗੀ। ਮੈਂ ਕੰਮ ਕੋਈ ਨਹੀਂ ਕੀਤਾ ਹੈਗਾ, ਮੈਂ ਵੀ ਝੂਠ ਬੋਲਾਂ, ਮੈਂ ਕੰਮ ਕੀਤਾ, ਮੈਂ ਕੰਮ ਕੋਈ ਨਹੀਂ ਅਜੇ ਕੀਤਾ ਹੈਗਾ। ਅਤੇ ਮਰੀਮ ਅਤੇ ਐਸ਼ਾ ਬੇਟੀ ਨੇ ਦੋਨਾਂ ਨੇ ਮਿਲ ਕੇ ਕੀਤਾ ਵਾ। ਅਤੇ ਮੰਮਨ ਦਾਨਿਸ਼ ਦੇਖੋ, ਇਹ ਮੇਰਾ ਮੰਮਨ ਦਾਨਿਸ਼, ਮੇਰਾ ਮੰਮਨ ਦਾਨਿਸ਼ ਆ ਜੀ, ਕੁਛ ਵੀ ਲੱਗ ਰਿਹਾ, ਮੇਰਾ ਮੰਮਨ ਦਾਨਿਸ਼ ਆ ਗਿਆ ਮੇਰੇ ਭੈਣ ਭਾਈਓ। ਦੇਖੋ ਅਤੇ ਦੇਖੋ ਇਸ ਮੇਰੇ ਕੱਚੇ ਕਿਚਨ ਦਾ, ਮੈਨੂੰ ਬਹੁਤ ਹੀ ਸਕੂਨ ਆ, ਮੈਨੂੰ ਬਹੁਤ ਸਕੂਨ ਆ। ਮੈਂ ਬੈਗ ਕਵਰਾ ਕਰਕੇ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਦੀ ਹਾਂ, ਇਨਸ਼ਾਅੱਲਾ ਅੱਲਾਹ ਤਾਲਾ ਮੈਨੂੰ ਹਿੰਮਤ ਦੇਵੇ ਅਤੇ ਮੈਂ ਹੋਰ ਵੀ ਤਿਆਰ ਕਰੂੰਗੀ। ਅਤੇ ਹੁਣ ਐਸ਼ਾ ਬੇਟੀ, ਮੈਂ ਮਰੀਮ, ਅਸੀਂ ਜਾ ਰਹੀਆਂ ਅੱਜ ਗਾਉਣ ਚੱਲੀਆਂ, ਕਿਉਂਕਿ ਕੱਪੜੇ ਜਿਹੜੇ ਲਿਆਉਂਦੇ ਸੀ ਉਦਨ ਦੋ ਸੂਟ ਅਤੇ ਉਹ ਸਿਲਾਈ ਕਰਨ ਵਾਸਤੇ ਉਹਨਾਂ ਦੇ ਸਿਲਾਈ ਕਰਨ ਲਈ ਦੇ ਲੈ ਕੇ ਚੱਲੀ ਆ ਐਸ਼ਾ। ਅਤੇ ਹੁਣ ਚੱਲਦੀਆਂ, ਐਸ਼ਾ ਵੀ ਤਿਆਰ ਹੋਈ ਜਾਂਦੀ ਹੈ, ਮਰੀਮ ਵੀ ਤਿਆਰ ਹੋਈ ਜਾਂਦੀ, ਮੰਮਾ ਦਾਨਿਸ਼ ਨੂੰ ਅਤੇ ਨਾਇਆ ਫਾਤਮਾ ਵੀ ਲੱਗੀ ਤਿਆਰ ਕਰਨ, ਅਤੇ ਹਜੇ ਤਿਆਰ ਨਹੀਂ ਹੋਏ ਹੈਗੇ। ਅਤੇ ਉੱਦਾਂ ਹੀ ਆ ਕੇ ਮੇਰੇ ਝੋਲ 'ਚ ਪੈ ਗਿਆ। ਅਤੇ ਫਿਰ ਜੋ ਅਗਲਾ ਸੀਨ ਹੋਇਆ ਅਤੇ ਇਨਸ਼ਾਅੱਲਾ ਅਸੀਂ ਆਪਣੇ ਭੈਣ ਭਾਈਆਂ ਦੇ ਨਾਲ ਜ਼ਰੂਰ ਸ਼ੇਅਰ ਕਰਦੇ ਹਾਂ। ਅੱਛਾ ਜੀ, ਹੈ ਨਾ, ਇਹ ਦੂਸਰਾ ਨਾਇਆ ਫਾਤਮਾ ਮੰਮਾ ਦਾਨਿਸ਼ ਵੀ ਲੱਗੇ ਤਿਆਰ ਹੋਣ। ਇਹ ਦੇਖੋ ਜੀ ਮਾਸ਼ਾਅੱਲਾ, ਅਤੇ ਮੰਮਾ ਦਾਨਿਸ਼ ਦੇਖੋ ਜੀ, ਮੰਮਾ ਦਾਨਿਸ਼ ਨਾ ਕਰ, ਨਾ ਕਰ ਬੇਟਾ, ਨਾ ਕਰ, ਨਾ ਕਰ। ਦੇਖੋ ਜੀ ਮੰਮਾ ਦਾਨਿਸ਼, ਜਾਓ ਜੀ ਫੁੱਫੂ ਨੂੰ ਲਿਆਓ, ਆਵਾਜ਼ ਵਰਗ ਫੁੱਫੂ ਲਿਆਓ, ਨਾਇਆ ਫਾਤਮਾ ਨੂੰ ਵੀ ਲਿਆਓ, ਫੁੱਫੂ ਨੂੰ ਵੀ ਲਿਆਓ। ਫੁੱਫੂ ਨੂੰ ਕਹੇ ਮੈਂ ਮੰਮਾ ਦਾਦੋ ਛੱਡਦੀ ਤੈਨੂੰ, ਜਾ ਮੇਰੇ ਭੈਣ ਭਾਈ, ਦਿਲ ਤਾਂ ਆਇਆ ਮੇਰੇ ਅੱਖ ਲੱਗਦਾ ਨਹੀਂ ਤਾਂ ਨਹੀਂ ਲੱਗਦਾ, ਨਹੀਂ ਮੇਰਾ ਛੋਟਾ ਪੁੱਤ ਵਾ, ਨਹੀਂ ਮੇਰਾ ਛੋਟਾ ਪੁੱਤ ਆਏ। ਅੱਛਾ ਜੀ, ਮੈਂ ਨਾਇਆ ਫਾਤਮਾ, ਮੰਮਾ ਦਾਨਿਸ਼, ਮਰੀਮ ਅਤੇ ਅਸੀਂ ਜਾ ਰਹੇ ਹਾਂ ਐਸ਼ਾ ਬੇਟੀ। ਹਾਂਜੀ ਚਲੋ ਤੁਰੋ 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 ਚਲੋ 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 ਭਾਈ ਜੀ, ਤੁਰੋ ਤੁਰੋ ਚਲੋ ਤੁਰੋ ਤੁਰੋ ਚਲੋ ਚਲੋ ਮੇਰੇ ਭੈਣ ਭਾਈ, ਚੱਲ ਨਾਇਆ ਫੁੱਫੋ ਦੀ ਉਂਗਲ ਫੜੋ, ਫੁੱਫੋ ਦੀ ਉਂਗਲ ਪਕੜੋ, ਚਲੋ ਤੁਰੋ। ਅੱਛਾ ਜੀ ਮੇਰੇ ਭੈਣ ਭਾਈ, ਦੇਖ ਨਾਇਆ ਫਾਤਮਾ, ਮੰਮਾ ਦਾਨਿਸ਼ ਆਦੀ ਮੰਮਾ ਨੂੰ ਕਹਿੰਦਾ ਸੀ ਮੈਨੂੰ ਥੱਲੇ ਨੀਚੇ ਲਾ ਦਿਓ, ਨੀਚੇ ਲਾ ਦਿਓ, ਨੀਚੇ ਤੁਰ ਕੇ ਜਾਓ, ਬਿਸਮਿਲ੍ਲਾ। ਅੱਛਾ ਜੀ, ਇਹ ਹੈਗੀ ਆ ਕੋਨੀ ਕਣਕ ਵਿੱਚ, ਕੁਛ ਹੈਗੀ ਆ ਜਿਹੜੇ ਨਾਲ ਸਾਰੇ ਹੁੰਦੇ ਆ ਅਤੇ ਛਿੱਟੇ ਦੇ ਨਾਲ ਸਾਈਡ 'ਤੇ ਹੁੰਦਾ ਵਾ ਬਾਰੂ ਜਿਹਾ ਉਹ, ਅਤੇ ਇਹ ਹੈਗੀ ਕੋਨੀ ਕਣਕ। ਗੰਦਮ ਵੀ ਮਾਸ਼ਾਅੱਲਾ ਆਈ ਲੈ, ਬੱਦਲ ਵੀ ਕਾਫੀ ਬਣਿਆ ਹੋਇਆ ਵਾ, ਅਤੇ ਮੰਮਾ ਦਾਨਿਸ਼ ਤੁਰ ਕੇ ਜਾ ਰਿਹਾ, ਚਲੋ ਤੁਰੋ ਤੁਰੋ ਵੀ ਤੁਰੋ ਵੀ ਭੱਜੋ ਵੀ, ਮੰਮਾ ਦਾਨਿਸ਼ ਭੱਜੋ ਭੱਜੋ ਚੱਲੀਏ ਚਲੋ। ਅੱਛਾ ਜੀ, ਨਾਇਆ ਫਾਤਮਾ ਨੂੰ ਹੁਣ ਨਾ ਐਸ਼ਾ ਨਾਲ ਤੋਰ ਕੇ ਲਈ ਆਉਣ ਡਈ ਆ, ਦੇਖੋ ਨਹੀਂ ਚੱਕਲਾ, ਨਹੀਂ ਬੇਟੀ ਨਹੀਂ ਚੱਕਲਾ, ਬਸ ਚੱਕਲਾ, ਨਹੀਂ ਤੁਰ ਹੁੰਦਾ, ਨਹੀਂ ਤੁਰ ਹੁੰਦਾ ਵਿਚਾਰੀ ਕੋਲ। ਅਤੇ ਜਾਣ ਕੇ ਲੱਗੀਆਂ ਕਹਿੰਦੇ ਉਹ ਦਾਨਿਸ਼ ਨੂੰ ਤਾਰਿਆ ਮੇਰੇ ਭੈਣ ਬਾਈ, ਉਹ ਤਾਂ ਕਹਿੰਦੀ ਮੈਨੂੰ ਵੀ ਨੀਚੇ ਤਾਰੋ, ਹੁਣ ਤਾਰਿਆ ਵਾ ਤਾਂ ਤੁਰ ਕੇ ਨਾਲ ਨਾਲ ਜਾਣ ਡਈ ਆ। ਇਹ ਦੇਖੋ ਜੀ ਗੰਦਮ ਲੰਮੀ ਪਈ ਹੋਈ, ਡਿੱਗ ਪਈ, ਅਤੇ ਹੁਣ ਜਿਹੜੀ ਖੜੀ ਖੜੀ ਆ ਉਹ ਤਾਂ ਰੈਪਰ ਨਾਲ ਕੱਟ ਹੋ ਜੂਗੀ, ਅਤੇ ਜਿਹੜੀ ਡਿੱਗ ਪਈ ਆ ਉਹ ਦਾਤੀ ਨਾਲ ਕੱਟ ਹੋਊਗੀ।
ਅੱਛਾ ਜੀ, ਨਹਿਰ ਤੋਂ ਹੁਣ ਲੱਗੀਆਂ ਵਾਂ, ਨਲਕਾ ਲੱਗੇ ਹੋਏ ਆ ਨਹਿਰ 'ਤੇ, ਅਤੇ ਪਾਣੀ ਪੀ ਰਿਹਾ ਬੱਚੀ. ਨਾਇਆ ਫਾਤਮਾ ਦੇਖੋ ਖੜ੍ਹੀ ਹੈ, ਹੈ ਦਾਨ 'ਚ ਵੀ ਬੈਠਾ, ਅਤੇ ਮਰੀਮ ਬੇਟੀ ਪਾਣੀ ਪੀ ਰਹੀ, ਅਤੇ ਛਾਂ ਕਿੰਨੀ ਸੋਹਣੀ ਕੋਲ ਬਣੀ ਹੋਈ ਇੱਥੇ. ਪਾਣੀ ਪੀ ਕੇ ਅਤੇ ਫੇਸੀ ਗਾਉਣ ਚੱਲਦੇ ਹਾਂ. ਅੱਛਾ ਜੀ, ਅਸੀਂ ਹੁਣ ਪਿੰਡ 'ਚ ਆ ਚੁੱਕੇ ਹਾਂ. ਇਹ ਦੇਖੋ ਹੁਣ ਪੈਦਲ ਮਰੀਮ ਐਸ਼ਾ ਮਗਰ ਤੁਰੀਆਂ ਹੋਣ ਡੀਆਂ. ਇਹ ਜੀ ਹੈਗਾ ਲੂਸਣ, ਜਾਨਵਰਾਂ ਦੇ ਪੱਠੇ ਬੀਜੇ ਹੋਏ ਆ. ਅੱਛਾ ਜੀ, ਇਹ ਵਾਲੀ ਆ ਗਈ ਮੱਕੀ, ਇਹ ਬੀਜੀ ਹੋਈ ਆ, ਵੀ ਇਹਨਾਂ ਦਾ ਗਾਂ ਸੈਲਜ ਬਣਾਉਣਗੇ, ਨਾਲੇ ਨਾਲੇ ਜਾਨਵਰਾਂ ਦੇ ਖਾਣ ਵਾਸਤੇ. ਇਹ ਵਿੱਚ ਵਿੱਚ ਬੀਜਿਆ ਹੋਇਆ ਗਾਚਾ, ਗਾਚਾ ਵੀ ਕਹਿੰਦੇ ਇਹਨੂੰ, ਮੱਕੀ ਵੀ ਕਹਿੰਦੇ ਇਹਨੂੰ. ਇਹ ਮਾਸ਼ਾਅੱਲਾ ਸਾਰੀ ਮੱਕੀ ਬੀਜੀ ਹੋਈ ਆ, ਉਹ ਪਰਲੀ ਸੜਕ ਤਾਂ ਹੀ ਨਾ, ਮੱਕੀ ਮੱਕੀ ਬੀਜੀ ਹੋਈ ਆ. ਕੁਛ ਮਾਸ਼ਾਅੱਲਾ ਕਿੰਨੀ ਪਿਆਰੀ ਆ, ਸਬਜ਼ਾ ਕਿੰਨਾ ਪਿਆਰਾ ਲੱਗਦਾ ਵਾ. ਮੇਰੀ ਯੂਟਿਊਬ ਫੈਮਿਲੀ ਨੂੰ ਪੂਰੀ ਨੂੰ ਬਾਹਰ ਦੇ ਤਾਂ ਵਿਊ ਜਿਹੜੇ ਦੇਖਣੇ ਬਹੁਤ ਅੱਛੇ ਲੱਗਦੇ ਆ. ਮੈਂ ਇਸੇ ਵਾਸਤੇ ਫਿਰ ਆਪਣੇ ਭੈਣ ਭਾਈਆਂ ਦੇ ਨਾਲ ਸ਼ੇਅਰ ਕਰ ਦਿੰਦੀ ਹਾਂ. ਇੱਕ ਨਾ ਇਕੱਲਾ ਇਕੱਲਾ ਕਰਕੇ ਬੀਜੇ ਨਾ, ਇੱਕ ਇੱਕ ਬੀ ਕਰਕੇ ਬੀਜਿਆ ਸਿਆੜ ਦੇ ਉੱਤੇ, ਦੇਖੋ ਦੇਖੋ ਇਕੱਲਾ ਇਕੱਲਾ ਕਰਕੇ ਵੀ ਬੀਜਿਆ ਵਾ. ਮਾਸ਼ਾਅੱਲਾ ਬਹੁਤ ਹੀ ਸੋਹਣੀ ਹੋਈ ਹੋਈ ਆ, ਬਹੁਤ ਪਿਆਰੀ ਹੋਈ ਆ. ਅੱਛਾ ਜੀ, ਇਹ ਬੱਕਰੀਆਂ ਜਾਨਵਰ ਚਾਰਦੇ ਫਿਰਦੇ ਪਾਣੀ ਪਿਆਉਣ ਲੱਗੇ ਉਹਨਾਂ ਨੇ ਬੱਕਰੀਆਂ ਨੂੰ. ਅੱਛਾ ਜੀ, ਬੱਕਰੀਆਂ ਮਾਸ਼ਾਅੱਲਾ ਚਾਰਦੀਆਂ ਆ ਗਈਆਂ, ਹੁਣ ਇਹਨਾਂ ਨੂੰ ਪਿਆਸ ਲੱਗੀ ਆ, ਹੁਣ ਅਤੇ ਪਾਣੀ ਪਿਆਉਣ ਲੱਗੇ, ਅਤੇ ਆਪਦੇ ਸਰੂਰ ਨਲਕਾ ਗੇੜ ਰਿਹਾ ਅਤੇ ਪਾਣੀ ਪੀਂਦੇ ਜਾਨਵਰ, ਕਿਉਂਕਿ ਜਾਨਵਰਾਂ ਨੂੰ ਪਿਆਸ ਲੱਗੀ ਹੋਈ ਹੈ. ਜਦ ਅਸੀਂ ਤੁਰ ਤੁਰ ਕੇ ਥੱਕ ਗਏ ਤਾਂ ਜਾਨਵਰ ਵੀ ਥੱਕ ਗਏ.